ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਤ ਅਸੀਂ ਮਾਸਟਰ ਕੈਡਰ 3582 ਪੋਸਟਾਂ ਦੇ ਪ੍ਰੀਵਿਅਸ ইয়ার ਦਾ ਜਿਹੜਾ ਪੇਪਰ ਹੈ ਉਹਦੇ 75 ਕੁਐਸਚਨ ਪੋਲੀਟੀਕਲ ਦੇ ਉਹ ਕੀਤੇ ਸੀ ਤੇ 75 ਕੁਐਸਚਨ ਅਸੀਂ ਹੁਣ ਕਰਾਂਗੇ ਹਿਸਟਰੀ ਦੇ 150 ਨੰਬਰ ਦਾ ਕੁੱਲ ਪੇਪਰ ਹੁੰਦਾ ਜਿਹਦੇ ਵਿੱਚ 75 ਨੰਬਰ ਦੀ ਪੋਲੀਟੀਕਲ 75 ਨੰਬਰ ਦੀ ਹਿਸਟਰੀ ਆਉਂਦੀ ਹੈ ਐ ਐਸਐਸਟੀ ਕੰਬੀਨੇਸ਼ਨ ਵਾਲੇ ਠੀਕ ਹੈ ਜੀ ਸੋ ਚਲੋ ਆਪਾਂ ਸ਼ੁਰੂ ਕਰਦੇ ਹਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਬੈਲ ਆਈਕਨ ਕਲਿੱਕ ਕਰ ਲਿਓ ਤਾਂ ਕਿ ਕੋਈ ਵੀ ਇੰਪੋਰਟੈਂਟ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਵੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਪਲੇਲਿਸਟ ਦੇ ਵਿੱਚ 6ਵੀਂ ਤੋਂ 8ਵੀਂ ਕਲਾਸ ਤੱਕ ਦੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਵੀਡੀਓ ਜਰੂਰ ਦੇਖ ਲੈਣ ਪੀਐਸਟੇਟ ਦੇ ਵਿੱਚ ਵੀ ਬੜੇ ਸਵਾਲ ਉਹਨਾਂ ਵੀਡੀਓ ਦੇ ਵਿੱਚੋਂ ਆਏ ਸੀ ਤੇ 16 ਵੀਡੀਓ ਨੇ ਮਾਸਟਰ ਕੀਟ ਦੇ ਨਾਲ ਵੀ ਮਤਲਬ ਰਿਲੇਟਡ ਦੇ ਜ਼ਰੂਰੀ ਸਵਾਲ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਆ ਸਕਦੇ ਆ ਜਿਹੜੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਦੇਖਣੇ ਲਾਜ਼ਮੀ ਨੇ ਔਰ ਬਾਕੀ ਵੀਡੀਓਜ਼ ਦੀ ਵੀ ਪਲੇਲਿਸਟਾਂ ਬਣੀਆਂ ਹੋਈਆਂ ਨੇ ਚੈਨਲ ਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹਾਂ ਉਹ ਵੀਡੀਓ ਸਾਰਿਆਂ ਲਈ ਲਾਜ਼ਮੀ ਹੈ ਠੀਕ ਹੈ ਜੀ ਜਿਹੜੇ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਨੇ politikal ਦੀ ਵੀ ਔਰ history ਦੀ ਵੀ ਅਪਲੋਡ ਨੇ ਔਰ ਵਨ ਬਾਈ ਵਨ ਆਪਾਂ ਸਾਰੀਆਂ ਅਪਲੋਡ ਕਰੀ ਜਾ ਰਹੇ ਹਾਂ ਔਰ ਇਸ ਤੋਂ ਬਾਅਦ ਆਪਾਂ ਪੰਜਾਬੀ ਦੇ ਮਾਸਟਰ ਕੇਡਰ ਦੀ ਜਿਹੜੀ ਵੀਡੀਓ ਪਾਵਾਂਗੇ ਅੱਜ ਆ ਜੀ ਪੰਜਾਬੀ ਦੇ ਦੋਨੋਂ ਮਾਸਟਰ ਕੇਡਰ ਦੇ ਪੇਪਰ ਆਪਾਂ ਅਪਲੋਡ ਕਰ ਦੇਣੇ ਨੇ ਔਰ ਟੌਪਿਕ ਵਾਈਜ਼ ਰਾਸ਼ਟਰਪਤੀ ਸੁਪਰੀਮ ਕੋਰਟ ਹਾਈ ਕੋਰਟ ਜੋ ਵੀ ਆ ਠੀਕ ਹੈ ਨਾ ਕੋਈ ਵੀ ਚੀਜ਼ ਨਹੀਂ ਛੱਡਦੇ ਆਪਾਂ A ਤੋਂ Z ਟੌਪਿਕ ਵਾਈਜ਼ ਕੱਲਾ-ਕੱਲਾ ਆਪਾਂ ਪਾ ਦਾਂਗੇ ਬਸ ਤੁਸੀਂ ਚੈਨਲ ਦੇ ਨਾਲ ਜੁੜੇ ਰਹਿਣਾ ਚਲੋ ਸ਼ੁਰੂ ਕਰਦੇ ਹਾਂ ਜੀ ਪੈਂਟਾ ਪੋਟਾਮੀਆ ਇਸ ਦਾ ਗ੍ਰੀਕ ਰੂਪ ਹੈ ਕਿਹਦਾ ਜੀ ਪੰਜਾਬ ਦਾ ਵੱਖੋ-ਵੱਖਰੇ ਸਮੇਂ ਵੱਖੋ-ਵੱਖਰੇ ਨੂੰ ਨਾਮ ਦਿੱਤੇ ਜਾਂਦੇ ਰਹੇ ਨੇ ਤੇ ਨਾਮ ਕਿੰਨਾ ਨੇ ਦਿੱਤਾ ਸੀ ਇਹ ਕਮੈਂਟ ਕਰਕੇ ਤੁਸੀਂ ਦੱਸਣਾ ਪੈਂਟੋ ਪੋਟਾਮੀਆ ਠੀਕ ਹੈ ਜੀ ਪੰਜਾਬ ਨੂੰ ਇਹ ਨਾਮ ਕਿੰਨਾ ਨੇ ਦਿੱਤਾ ਸੀ ਅਮਰਤਸਰ ਸੈਰ ਇਸ ਦੁਆਵ ਵਿੱਚ ਸਥਿਤ ਹੈ ਸਥਿਤ ਹੈ ਜੀ ਬਾਰੀ ਦੁਆਬ ਦੇ ਵਿੱਚ ਬਾਰੀ ਦੁਆਬ ਕਿੱਥੋਂ ਬਣੇ ਬੱਬਾ ਲਿਆ ਵਿਆਸ ਤੋਂ ਰਾਰਾ ਲਿਆ ਰਾਵੀ ਤੋਂ ਠੀਕ ਹੈ ਇਹਨਾਂ ਦੋਨਾਂ ਦੇ ਜਿਹੜਾ ਵਿਚਕਾਰਲਾ ਹਿੱਸਾ ਹੈ ਉਹਨੂੰ ਕਿਹਾ ਜਾਂਦਾ ਹੈ ਬਾਰੀ ਦੁਆਬ ਔਰ ਇਹ ਹੈ ਅਮਰਤਸਰ ਸੈਰ ਵਿੱਚ ਠੀਕ ਹੈ ਜੀ ਤੀਜਾ ਸਵਾਲ ਹੈ ਵਿਆਸ ਦਰਿਆ ਵਲੀਨ ਹੁੰਦਾ ਹੈ ਸਤਲੋਜ ਦੇ ਵਿੱਚ ਠੀਕ ਹੈ ਸਤਲੋਜ ਦੇ ਵਿੱਚ ਵਲੀਨ ਹੁੰਦਾ ਹੈ ਬੀ ਆਪਸ਼ਨ ਹੈ ਗੁਰੂ ਅੰਗਦ ਦੇਵ ਜੀ ਦੇ ਉੱਤਰ ਅਧਿਕਾਰੀ ਸਨ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਵੱਡੀ ਉਮਰ ਦੇ ਵਿੱਚ ਗੁਰੂ ਬਣਨ ਵਾਲੇ ਇਹ ਤੀਜੇ ਪਾਤਸ਼ਾਹ ਨੇ ਮਤਲਬ ਤੀਜੇ ਗੁਰੂ ਨੇ ਇਹ ਪਰ ਪਹਿਲੇ ਨੇ ਜਿਹੜੇ ਇੰਨੀ ਵੱਡੀ ਉਮਰ ਦੇ ਵਿੱਚ ਮਤਲਬ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਮਿਲੀ ਸੀ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਠੀਕ ਹੈ ਜੀ ਪੰਜਵਾਂਸ ਵਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਪਹਿਲੇ ਹੱਡ ਗ੍ਰੰਥ ਹੀ ਬਾਬਾ ਬੁੱਢਾ ਜੀ ਠੀਕ ਹੈ ਜੀ 1604 ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਗ੍ਰੰਥ ਦਾ ਸੰਕਲਨ ਕੀਤਾ ਸੀ ਨਾ ਉਦੋਂ ਪਹਿਲਾ ਪ੍ਰਕਾਸ਼ ਜਦੋਂ ਕੀਤਾ ਗਿਆ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਤਾਂ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਬਣਾਇਆ ਗਿਆ ਠੀਕ ਹੈ ਜੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਹੈ 1675 ਈਸਵੀ ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਦੇ ਠੀਕ ਹੈ ਜੀ ਕਿਹੜਾ ਸ਼ਹਿਰ ਗੁਰੂ ਕੀ ਕਾਸ਼ੀ ਅਖਵਾਉਂਦਾ ਹੈ ਦੰਦਵਾ ਸਾਹਿਬ ਗੁਰੂ ਕੀ ਕਾਸ਼ੀ ਕਾਂਸੀ ਖਵਾਉਂਦਾ ਕਾਂਸੀ ਇੱਕ ਬਾਰਾਨਸੀ ਦੇ ਵਿੱਚ ਵੀ ਆ ਉਹਦਾ ਭਲੀਖਾ ਨਹੀਂ ਕਾਣਾ ਇਹ ਗੁਰੂ ਕੀ ਕਾਂਸੀ ਹੈ ਜਿਹੜਾ ਉਹ ਦਮਦਮਾ ਸਾਹਿਬ ਹੈ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਏ 7 ਅਕਤੂਬਰ 1798 ਜਿਉਂ ਰੰਗਜੀਤ ਦਾ ਪੁੱਛ ਲਿਆ ਤਾਂ ਉਹ 1707 ਨੂੰ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਲ ਪਹਿਲਾਂ ਮਰ ਗਿਆ ਸੀ ਲਟਕ ਲਟਕ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜਫਰਨਾਮਾ ਲਿਖਿਆ ਤਾਂ ਉਹਨੂੰ ਪੜਨ ਤੋਂ ਬਾਅਦ ਉੱਠ ਹੀ ਨਹੀਂ ਹਿਆ ਠੀਕ ਹੈ ਜੀ ਅਜਿਹੀ ਹੈ ਜਿਹੜੀ ਸ਼ਬਦਾਂ ਦੀ ਤਾਕਤ ਹੈ ਅਜਿਹੀ ਹੁੰਦੀ ਹੈ। ਔਰ ਤੁਸੀਂ ਸੋਚ ਸਕਦੇ ਹੋ ਕਿ ਜਿਹਦੀ ਕਲਮ ਦੇ ਨਾਲ ਹੀ ਔਰੰਗਜ਼ੇਬ ਮਰ ਗਿਆ ਸੀ ਉਹਦੀ ਤਲਵਾਰ ਦੇ ਵਿੱਚ ਕਿੰਨੀ ਤਾਕਤ ਹੋਵੇਗੀ। ਨਵਾਂ ਕੁਐਸਚਨ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੋਇਆ ਜੀ 1670 ਦੇ ਈਸਵੀ ਦੇ ਵਿੱਚ। ਕਿਹੜੇ ਸ਼ਹਿਰ ਨੂੰ ਬੰਦਾਬਾਧ ਨੇ ਆਪਣੀ ਰਾਜਧਾਨੀ ਬਣਾਇਆ ਸੀ? 79 ਮੁਖਲਿਸਗੜ ਨੂੰ ਬਾਬਾ ਬੰਦਾਵਾ ਦੰਨੇ ਹ ਕਥਿਆਰ ਕਦੋਂ ਛੁੱਟੇ ਦਸੰਬਰ 17 17 ਦਸੰਬਰ 1715 ਠੀਕ ਹੈ ਜੀ ਤਰੁਣਾ ਦਲ ਵਿੱਚ ਸ਼ਾਮਲ ਸਨ ਜੁਵਾ ਸੈਨਿਕ ਬੁੱਢਾ ਦਲ ਦੇ ਵਿੱਚ ਵੱਡੀ ਉਮਰ ਦੇ ਸੈਨਿਕ ਸਮਲ ਸੀ ਤੇ ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀਂ ਹੈ ਹੁਣ ਦੇਖੋ ਇੱਥੇ ਇਹਦਾ ਮਤਲਬ ਇਹ ਤਿੰਨ ਤਾਂ ਹੈਗੀਆਂ ਨੇ ਨਾ ਇਹ ਵੀ ਪੜ੍ਹਨੀ ਹੈ ਸਾਡੇ ਲਈ ਜ਼ਰੂਰੀ ਨੇ ਕਰੋੜ ਸਿੰਘੀ ਮਿਸਲ ਡੱਲੇ ਵਾਲੀ ਆ ਮਿਸਲ ਨਿਹਾਨ ਵਾਲੀ ਆ ਮਿਸਲ ਇਹ ਤਿੰਨੇ ਦਲ ਖਾਲਸਾ ਦਾ ਹਿੱਸਾ ਨੇ ਪਰ ਫੂਲਕੀਆ ਮਿਸਲ ਨਹੀਂ ਹੈਗੀ ਇੱਥੇ ਨਾਲ ਨਹੀਂ ਪੁੱਛਿਆ ਇਸ ਕਰਕੇ ਫੂਲਕੀਆ ਸਾਡਾ ਸਹੀ ਉੱਤਰ ਬਣਦਾ ਵੱਡਾ ਕੱਲੂ ਕਾਰਾ ਹੋਇਆ ਸੀ 5 ਫਰਵਰੀ 1762 ਨੂੰ ਠੀਕ ਹੈ 5 ਫਰਵਰੀ 1762 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਜਮਜਮਾ ਕੀ ਹੈ ਜਮਜਮਾ ਇੱਕ ਤੋਪ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਤੇ ਕਬਜ਼ਾ ਕਦੋਂ ਕੀਤਾ ਗਿਆ 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਨ ਵੀਡੀਓ ਇੱਕ ਪਾਵਾਂਗੇ ਜਿਹਦੇ ਵਿੱਚ ਕੋਈ ਵੀ ਸਵਾਲ ਬਾਕੀ ਨਹੀਂ ਰਹੂਗਾ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਲਾਈਫ ਤੋਂ ਮਤਲਬ ਨੂੰ ਬਿਆਨ ਨਾ ਕਰਦਾ ਹੋਵੇ ਜਿਹੜੀਆਂ ਨਾਲੇ ਮਸ਼ਹੂਰ ਜਿੱਤਾਂ ਤੇ ਕੀ ਕੀ ਇਹਨਾਂ ਨੇ ਮੇਨ ਮੇਨ ਕੰਮ ਕਰੇ ਨੇ ਸਾਰੀਆਂ ਚੀਜ਼ਾਂ ਆਪਾਂ ਇੱਕੋ ਵੀਡੀਓ ਦੇ ਵਿੱਚ ਡਿਸਕਸ ਕਰ ਲਾਵਾਂਗੇ ਪਹਿਲਾਂ ਪਾਈਪੇਪਰ ਸੋਲਵ ਕਰ ਲਈਏ ਤੇ ਜਾਨ ਫਰਾਂਸੀਸੀਅਸ ਸੀਐਸ ਵਾ ਅਲਾਰਡ ਦੀ ਨਾਗਰ ਕੀਤਾ ਫਰੈਂਚ 1844 ਵਿੱਚ ਜਲੰਧਰ ਦਵਾਬ ਦਾ ਕਮਿਸ਼ਨਰ ਕਿਸ਼ਮੂ ਨਿਯੁਕਤ ਕੀਤਾ ਗਿਆ ਜਾਨ ਲਾਰੈਂਸ ਜਲੰਧਰ ਦਵਾਬ ਠੀਕ ਹੈ ਬ੍ਰਿਟਿਸ਼ ਦੁਆਰਾ ਪੰਜਾਬ ਨੂੰ ਜੋੜਿਆ ਗਿਆ ਸੀ ਪੰਜਾਬ ਨੂੰ ਬ੍ਰਿਟਿਸ਼ ਰਾਜ ਦੇ ਵਿੱਚ ਕਦੋਂ ਸ਼ਾਮਲ ਕਰ ਲਿਆ ਗਿਆ ਜੀ 1849 ਦੇ ਵਿੱਚ ਜਿਹਨਾਂ ਚਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਰਹੇ ਨੇ ਉਹਨਾਂ ਚਰ ਪੰਜਾਬ ਵੱਲ ਦੇਖਣ ਲਈ ਕਿਸੇ ਦੀ ਹਿੰਮਤ ਨਹੀਂ ਹੋਈ ਉਹਨਾਂ ਤੋਂ ਬਾਅਦ ਫਿਰ ਅਜੋਗ ਉੱਤਰ ਅਧਿਕਾਰੀਆਂ ਕਰਕੇ ਕੋਸ਼ਿਸ਼ਾਂ ਲਾਂ ਕਰਕੇ ਮਤਲਬ ਜਿਹੜੀਆਂ ਰਾਜ ਦਰਬਾਰ ਵਿੱਚ ਚੱਲ ਪਈਆਂ ਫਿਰ ਰਾਜ ਜਿਹੜਾ ਢੈਂਦੀ ਕਲਾ 'ਚ ਜਾਣ ਲੱਗਿਆ ਕੋਈ ਫਿਰ ਅੰਗਰੇਜ਼ ਨੇ ਉੱਥੇ ਭਾਰੂ ਹੋ ਗਏ ਹਨ ਮੋਹਨ ਜੋਧੜੋ ਦਾ ਅਰਥ ਹੈ ਇਦਾ ਅਰਥ ਹੈ ਜੀ ਮਰਿਆਂ ਦਾ ਢੇਰ ਜਾਂ ਮ੍ਰਿਤਕਾਂ ਦਾ ਟੀਲਾ ਠੀਕ ਹੈ ਤੇ ਸਾਹੀ ਇਸ਼ਨਾਨ ਘਰ ਹੈ ਜਿਹੜਾ ਕਿੱਥੇ ਮਿਲਿਆ ਮੋਹਨ ਜੋਦੜੋ ਦੇ ਵਿੱਚ ਮਿਲਿਆ ਜੀ ਇਹ ਅੱਛੇ ਦੀ ਲੰਬਾਈ ਜੁੜਾਈ ਕਿੰਨੀ ਹੈ ਕਈ ਵਾਰੀ ਵੀ ਸਵਾਲ ਪੁੱਛ ਲਿਆ ਜਾਂਦਾ ਮੋਹਨ ਜੋਦੜੋ ਤੇ ਇਹਦੀ ਖੋਜ ਕਿਹਨੇ ਕੀਤੀ ਸੀ ਜੀ ਮੋਹਨ ਜੋਦੜੋ ਦੀ ਇਹਦੀ ਖੋਜ ਕੀਤੀ ਸੀ ਜੀ ਰਖਲ ਦਾਸ ਬੈਨਰਜੀ ਨੇ ਠੀਕ ਹੈ ਰਖਲ ਦਾਸ ਬੈਨਰਜੀ ਨੇ ਕੀਤੀ ਸੀ ਕਦੋਂ ਕੀਤੀ ਸੀ 1922 ਦੇ ਵਿੱਚ ਠੀਕ ਹੈ ਜੀ ਹੋਰ ਇਹ ਤੋਂ ਮਿਲਿਆ ਕੀ ਕੀ ਹੈ ਚਲੋ ਪਹਿਲਾਂ ਇਹ ਦੱਸਦੇ ਆ ਆਪਾਂ ਵੀ ਇਹਦੀ ਜਿਹੜੀ ਲੰਬਾਈ ਚੌੜਾਈ ਹੈ ਲੰਬਾਈ ਹੈਗੀ ਜੀ ਇਹਦੀ ਅ ਮਤਲਬ 39 ਫੁੱਟ 39 ਫੁੱਟ ਲੰਮਾ 23 ਫੁੱਟ ਚੌੜਾ 8 ਫੁੱਟ 8 ਫੁੱਟ ਡੂੰਘਾ ਠੀਕ ਹੈ 39 ਫੁੱਟ ਲੰਮਾ ਇਹ ਇਸ਼ਨਾਨ ਘਰ ਜਿਹੜਾ ਮਿਲਿਆ ਉਹ 23 ਫੁੱਟ ਚੌੜਾ ਹੈ 8 ਫੁੱਟ ਡੂੰਘਾ ਹੈ ਇੱਥੇ ਇੱਕ ਅਨਾਜ ਘਰ ਵੀ ਮਿਲਿਆ ਪਸ਼ੂਪਤੀ ਦੀ ਮੂਰਤੀ ਵੀ ਇੱਥੋਂ ਮਿਲੀ ਹੈ ਨਰਤਕੀ ਦੀ ਮੂਰਤੀ ਵੀ ਮਿਲੀ ਹੈ ਸੂਤੀ ਧਾਗਾ ਵੀ ਮਿਲਿਆ ਤੇ ਇਤੁਏ ਵੀ ਪਤਾ ਲੱਗਦਾ ਕਿ ਇਸ਼ਨਾਨ ਘਰ ਦੇ ਨੇੜੇ ਹੀ ਕਿਤੇ ਪਾਣੀ ਦੇ ਲਈ ਖੂਬ ਹੀ ਲਗਾਏ ਜਾਂਦੇ ਸੀ ਠੀਕ ਹੈ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਤੋਂ ਬਾਹਰ ਇੱਕ ਜਿਹੜਾ ਬਾਹਰਲੇ ਪਾਸੇ ਗੰਦੇ ਪਾਣੀ ਦਾ ਨਿਕਾਸ ਹੁੰਦਾ ਸੀ ਇਹ ਵੀ ਇੱਥੋਂ ਪ੍ਰਮਾਣ ਮਿਲਦੇ ਨੇ ਔਰ ਇੱਥੋਂ ਇਹ ਵੀ ਪਤਾ ਲੱਗਦਾ ਹੈ ਵੀ ਜਿਵੇਂ ਆਪਾਂ ਹੁਣ ਗੁਰੂ ਘਰਾਂ ਦੇ ਵਿੱਚ ਜਾਣੇ ਆ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਚਾਰੇ ਪਾਸੇ ਕੀ ਹੁੰਦਾ ਬਰਾਂਡਾ ਹੁੰਦਾ ਨਾ ਉਹ ਇਹ ਮੋਹਨ ਜੋਦੜੋ ਦੇ ਵਿੱਚ ਵੀ ਮਿਲਿਆ ਸੇਮ ਉਸੇ ਤਰ੍ਹਾਂ ਭਾਂਡਾ ਯਾਦ ਕਰਕੇ ਦੇਖੋ ਇਸ਼ਨਾਨ ਕਰਕੇ ਹੁਣ ਲਾਸਟ ਟਾਈਮ ਤੁਸੀਂ ਕਿਤੇ ਗੁਰੂ ਘਰ ਗਏ ਹੋਮੋਗੇ ਤਾਂ ਵਿਚਾਲੇ ਸਰੋਵਰ ਹੁੰਦਾ ਹੈ ਉਹਦੇ ਆਲੇ-ਦੁਆਲੇ ਇੱਕ ਭਾਂਡਾ ਹੁੰਦਾ ਸੇਮ ਉਸੇ ਤਰ੍ਹਾਂ ਬਹੁਤ ਵੱਡਾ 23 39 ਫੁੱਟ ਲੰਮਾ ਤੇ 23 ਫੁੱਟ ਚੌੜਾ 8 ਫੁੱਟ ਡੂੰਘਾ ਇਹ ਇਸ਼ਨਾਨ ਘਰ ਹੈ ਜਿਹੜਾ ਮਿਲਿਆ ਔਰ ਉਹਦੇ ਆਲੇ-ਦੁਆਲੇ ਭਰਾਂਡਾ ਮਿਲਿਆ ਇਸ ਤਰ੍ਹਾਂ ਉਹਦੇ ਆਲੇ-ਦੁਆਲੇ ਭਰਾਂਡਾ ਮਿਲਿਆ ਜਿਵੇਂ ਗੁਰੂ ਘਰਾਂ ਦੇ ਵਿੱਚ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਤੇ ਇੱਥੋਂ ਇਹ ਵੀ ਪਤਾ ਲੱਗਦਾ ਕਿ ਇਹ ਇਸ਼ਨਾਨ ਘਰ ਸੀਗਾ ਜਿਹੜਾ ਧਾਰਮਿਕ ਪ੍ਰੋਗਰਾਮਾਂ ਦੇ ਸਮੇਂ ਖੁੱਲਦਾ ਸੀ ਜਦੋਂ ਕੋਈ ਧਾਰਮਿਕ ਪ੍ਰੋਗਰਾਮ ਕਰਦੇ ਸੀ ਠੀਕ ਹੈ ਜੀ ਕਾਂਸੀ ਦੀ ਨਰਤਕੀ ਦੀ ਮੂਰਤੀ ਇੱਥੋਂ ਮਿਲੀ ਹੈ ਇਤੋਂ ਵੀ ਪਤਾ ਲੱਗਦਾ ਕਿ ਪੰਡਤਾਂ ਦਾ ਇਹ ਨਿਵਾਸ ਸਥਾਨ ਰਹਿੰਦਾ ਸੀ ਜਾਂ ਪੁਜਾਰੀਤ ਕਹੋ ਉਹ ਟਾਈਮ ਦੇ ਪੁਜਾਰੀਤ ਤੇ ਸਭਾ ਭਵਨ ਵਗੈਰਾ ਵੀ ਇੱਥੋਂ ਮਿਲੇ ਆ ਪਸ਼ੂਪਤੀ ਮੂਰਤੀ ਦੇ ਤਿੰਨ ਮੁਖ ਸੀਗੇ ਜਿਹੜੀ ਇੱਥੋਂ ਮਿਲੀ ਆ ਠੀਕ ਹੈ ਉਹਦੇ ਵਿੱਚ ਦਿਖਾਇਆ ਕੀ ਕੀ ਇਹ ਵੀ ਸਵਾਲ ਪੁੱਛ ਲਿਆ ਜਾਂਦਾ ਉਹਦੇ ਵਿੱਚ ਹਾਥੀ ਬੈਲ ਹਿਰਨ ਸਾਨ ਚੀਤਾ ਇਹ ਜਾਨਵਰ ਦਿਖਾਏ ਗਏ ਨੇ ਠੀਕ ਹੈ ਜਿੰਨਾ ਬਾਰੇ ਉਹ ਜਾਣਦੇ ਸੀ ਕਿਉਂਕਿ ਉਸ ਸਮੇਂ ਬਣੀ ਆ ਤਾਂ ਉਹਨਾਂ ਜਾਨਵਰਾਂ ਦੀ ਫੋਟੋ ਬਣੂਗੀ ਨਾ ਜਿਨ੍ਹਾਂ ਨੂੰ ਉਹ ਜਾਣਦੇ ਸੀ ਸ਼ੇਰ ਦਾ ਕੋਈ ਜ਼ਿਕਰ ਨਹੀਂ ਹੈ ਸ਼ੇਰ ਨੂੰ ਨਿਸ਼ੋ ਜਾਣਦੇ ਇਹ ਧਿਆਨ ਰੱਖਣਾ ਕਈ ਵਾਰੀ ਪੁੱਛ ਲਿਆ ਜਾਂਦਾ ਵੀ ਕਿਹੜੇ ਜਾਨਵਰ ਤੋਂ ਬਾਗ ਵਾਕਿਫ ਨਹੀਂ ਸੀ ਤਾਂ ਉਹਦਾ ਉੱਤਰ ਹੋਊਗਾ ਸ਼ੇਰ ਇਹ ਇਹ ਮਤਲਬ ਜਾਨਵਰਾਂ ਦੇ ਉਹ ਬਣਾਉਣ ਕਰਕੇ ਇਸੇ ਕਰਕੇ ਇਹਨੂੰ ਮੂਰਤੀ ਨੂੰ ਪਸ਼ੂਪਤੀ ਦੀ ਮੂਰਤੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਇਹਨ ਇੱਕ ਜਿਹੜੇ ਇੰਪੋਰਟੈਂਟ ਫੈਕਟ ਨੇ ਇਹ ਯਾਦ ਰੱਖਣੇ ਤੁਸੀਂ ਮੋਹਨ ਜੋਦੜੋ ਦੇ ਨਾਲ ਜੁੜੇ ਹੋਏ ਠੀਕ ਹੈ ਜੀ ਮੋਹਨਜੋਦੜੋ ਬਹੁਤ ਹੀ ਇੰਪੋਰਟੈਂਟ ਜਿਹੜਾ ਸ਼ਹਿਰ ਹੈ ਸਿੰਧੂ ਘਾਟੀ ਸਭਿਅਤਾ ਦਾ ਠੀਕ ਹੈ ਜੀ ਔਰ ਇੱਕ ਇਹ ਵਸਿਆ ਹੋਇਆ ਸਿੰਧ ਨਦੀ ਦੇ ਕਿਨਾਰੇ ਤੇ ਸਿੰਧ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸੀ ਇਹ ਹੀ ਉਸ ਸਮੇਂ ਦੇ ਵਿੱਚ ਰਗਵੇਦ ਕੀ ਹੈ ਜੀ ਰਗਵੇਦ ਹੈ ਜੀ ਪ੍ਰਾਰਥਨਾਵਾਂ ਦਾ ਇਕੱਠ 24ਵਾਂ ਸਵਾਲ ਹੈ ਜੀ ਰਾਜਾ ਜਨਕ ਕੌਣ ਸੀ ਸੀਤਾ ਦਾ ਪਿਤਾ ਸੀ ਜਿਹੜੇ ਰਾਮਚੰਦਰ ਜੀ ਦੇ ਸੀਗੇ ਘਰ ਸੀਤਾ ਸੀਤਾ ਮਾਤਾ ਉਹਨਾਂ ਦੇ ਪਿਤਾ ਔਰ ਵਿਦੇਹਾ ਦਾ ਰਾਜਾ ਠੀਕ ਹੈ ਜੀ ਇਹਦਾ ਮਤਲਬ ਉੜਾ ਤੇ ਜੜਾ ਦੋਨੋਂ ਸਹੀ ਨੇ ਲਛਵੀ ਰਾਜਕੁਮਾਰੀ ਕਿਸ ਦੀ ਮਾਤਾ ਸੀ ਭਗਵਾਨ ਮਹਾਵੀਰ ਜਨ ਦੀ ਜੈਨ ਧਰਮ ਵੀ ਡਿਟੇਲ ਦੇ ਵਿੱਚ ਆਪਾਂ ਕਰਾਂਗੇ ਬੁੱਧ ਧਰਮ ਵੀ ਡਿਟੇਲ ਦੇ ਵਿੱਚ ਕਰਾਂਗੇ ਠੀਕ ਹੈ ਜੀ ਦੋ ਲਾਈਵ ਕਲਾਸਾਂ ਵੀ ਆਪਣੀਆਂ ਪਈਆਂ ਨੇ ਦੋ-ਦੋ ਘੰਟੇ ਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਕਾਫੀ ਮਟੀਰੀਅਲ ਹੈ ਜਿਹੜਾ ਕਵਰ ਕੀਤਾ ਹੋਇਆ ਸਾਰੀ ਦਿੱਲੀ ਸਲਤਨਤ ਤੇ ਮੁਗਲ ਸਾਮਰਾਜ ਉਹਨਾਂ ਚ ਆਪਾਂ ਕਵਰ ਕਰ ਲਿਆ ਸੀ ਉਹ ਵੀ ਤੁਸੀਂ ਲਾਜ਼ਮੀ ਦੇਖਣੀਆਂ ਨੇ ਭਗਵਾਨ ਮਹਾਵੀਰ ਦਾ ਦੇਹਾਂਤ ਹੋਇਆ ਸੀਗਾ ਜੀ ਪਾਵਾਪੁਰੀ ਦੇ ਵਿੱਚ ਔਰ ਇਹਨਾਂ ਨੇ ਸ਼ਬਦ ਕੀ ਵਰਤਿਆ ਸੀ ભગવા મહાવીર ਜੀ ਜੈਨ ਧਰਮ ਦੇ ਵਿੱਚ ਸ਼ਬਦ ਵਰਤਦਾ ਜਿਆਦਾ 대हांत ਲਈ ਕਿਹੜਾ ਸ਼ਬਦ ਮੌਤ ਲਈ ਸ਼ਬਦ ਵਰਤਿਆ ਜਾਂਦਾ ਕਿਹੜਾ ਜੀ ਨਿਰਵਾਣ ਠੀਕ ਹੈ ઓર ਆਪਣੀ ਮੌਤ ਤੋਂ ਪਹਿਲਾਂ ਇਹਨਾਂ ਨੇ ਪਾਵਾਪੁਰੀ ਦੇ ਵਿੱਚ ਹੀ મહાવીਰ ਜੈਨ ਨੇ ਆਪਣੇ 11 ਚ ਚੇਲਿਆਂ ਦੇ ਨਾਲ મહાવીਰ ਜੈਨ ਨੇ ਆਪਣੇ 11 ਚੇਲਿਆਂ ਦੇ ਨਾਲ ਇੱਕ ਸੰਗ ਦੀ ਸਥਾਪਨਾ કરી ਸੀ ਠੀਕ ਹੈ ਤੇ ਇਹਨਾਂ 11 ਚੇਲਿਆਂ ਨੂੰ ਕੀ ਕਿਹਾ ਜਾਂਦਾ ਹੈ ਗੰਦਰ ਠੀਕ ਹੈ ਗੰਦਰ ਕਿਹਾ ਜਾਂਦਾ ਹੈ ਗੇਰਾ ਇਹਨਾਂ 11 ਚੇਲਿਆਂ ਨੂੰ ਤੇ ਮਹਾਵੀਰ ਜੈਨ ਤੋਂ ਬਾਅਦ ਕਈ ਵਾਰ ਪਛਲਣ ਵੀ ਜੈਨ ਧਰਮ ਦਾ ਅਗਲਾ ਅਧਿਖ ਉਹ ਕੌਣ ਬਣਿਆ ਸੀ ਤਾਂ ਉਹ ਬਣਿਆ ਸੀ ਸੁਦਰਮਨ ਬਾਕੀ ਆਪਾਂ ਡਿਟੇਲ ਦੇ ਵਿੱਚ ਜੈਨ ਧਰਮ ਦੇ ਵਿੱਚ ਕਰਾਂਗੇ ਇਹ ਤੁਸੀਂ ਗੱਲ ਯਾਦ ਰੱਖਣੀ ਹੈ ਅਸ਼ਟ ਅਸ਼ਟਿਕਾਕ ਮਾਰਗ ਕੀ ਹੈ ਇਹ ਹੈ ਜੀ ਅੱਠ ਪਰਬਤੀ ਆਹ ਸੌਰੀ ਅੱਠ ਪਰਤੀ ਰਸਤਾ ਪੀਟੈਡ ਦੇ ਵਿੱਚ ਵੀ ਇਹ ਸਵਾਲ ਆਇਆ ਸੀ ਔਰ ਹੈ ਜੀ ਬੁੱਧ ਕਾਲ ਵਿੱਚ ਮਹਾਜਨਪਦਾਂ ਦੀ ਗਿਣਤੀ ਕਿੰਨੀ ਹੈ ਜੀ 16 ਮੈਗਸਥਨੀਜ਼ ਕੌਣ ਸੀ ਗ੍ਰੀਕ ਰਾਜਦੂਤ ਸੀ ਕਿਹਦੇ ਸਮੇਂ ਆਇਆ ਸੀ ਅੱਛਾ ਇਹਦੀ ਫੇਮਸ ਕਿਤਾਬ ਹੈ ਜਿਹੜੀ ਉਹ ਇੰਡੀਕ ਹੈ ਠੀਕ ਹੈ ਚੰਦਰਗੁਪਤ ਮੌਰੀਆ ਦੇ ਸਮੇਂ ਆਇਆ ਸੀ ਕਰੋਸ਼ਟੀ ਕੀ ਹੈ ਜੀ ਇੱਕ ਮਿੰਟ ਕਰੋਸ਼ਟੀ ਹੈ ਜੀ ਇੱਕ ਪਟ ਕਥਾ ਠੀਕ ਹੈ ਅਸ਼ੋਕ ਦਾ ਦੂਜਾ ਨਾਮ ਪਿਆਸ ਅਸੀਂ ਕਦੋਂ ਖੋਜਿਆ ਗਿਆ ਸੀ ਇਹ ਖੋਜਿਆ ਗਿਆ ਸੀ 1915 ਦੇ ਵਿੱਚ 1915 ਦੇ ਵਿੱਚ اچھا ਅਸ਼ੋਕ ਨੂੰ ਹੋਰ ਕੀ ਕੀ ਕਿਹਾ ਜਾਂਦਾ ਹੈ ਪ੍ਰੇਦਰਸ਼ੀ ਕਿਹਾ ਜਾਂਦਾ ਹੈ ਦੇਵਕਾਂ ਦਾ ਪ੍ਰੀਏ ਠੀਕ ਹੈ ਤੇ ਹੋਰ ਕੀ ਕਿਹਾ ਜਾਂਦਾ ਹੈ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਅਸ਼ੋਕ ਦੇ ਸਾਰੇ ਨਾਮ ਦੱਸੇ ਸੀ ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੈ ਕਮੈਂਟ ਕਰਕੇ ਦੱਸਣਗੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀਡੀਓ ਜਾ ਕੇ ਦੇਖਣਗੇ ਕਿਹੜੇ ਗੁਪਤ ਸ਼ਾਸਕ ਦਾ ਵਿਆਹ ਲੇਸ ਵੀ ਰਾਜਕੁਮਾਰੀ ਨਾਲ ਹੋਇਆ ਸੀ ਚੰਦਰਗਉਪ ਪਹਿਲੇ ਦਾ ਠੀਕ ਹੈ ਭਾਰਤ ਦਾ ਨੈਪੋਲੀਅਨ ਅਕਸਰ ਕੌਣ ਕਹਾਉਂਦਾ ਹੈ ਸਮੁੰਦਰ ਗੁਪਤ ਠੀਕ ਹੈ ਭਾਰਤ ਦਾ ਨੈਪੋਲੀਅਨ ਈਰਾਨ ਦਾ ਨੈਪੋਲੀਅਨ ਕੌਣ ਹੈ ਈਰਾਨ ਦਾ ਈਰਾਨ ਦਾ ਨੈਪੋਲੀਅਨ ਕਿਹਨੂੰ ਕਿਹਾ ਜਾਂਦਾ ਦੱਸੋ ਇਹ ਕਿਹਾ ਜਾਂਦਾ ਜੀ ਨਾਦਰ ਸ਼ਾਹ ਨੂੰ ਔਰ ਪੰਜਾਬ ਦਾ ਨਪੋਲੀਅਨ ਕਿਹਨੂੰ ਕਿਹਾ ਜਾਂਦਾ ਹੈ ਪੰਜਾਬ ਦਾ ਨਪੋਲੀਅਨ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਭਾਰਤ ਦਾ ਨਪੋਲੀਅਨ ਸਮੁੰਦਰ ਗੁਪਤ ਈਰਾਨ ਦਾ ਨਪੋਲੀਅਨ 나ਦਰ ਸ਼ਾ ਪੰਜਾਬ ਦਾ ਨਪੋਲੀਅਨ ਮਹਾਰਾਜਾ ਰਣਜੀਤ ਸਿੰਘ ਤੁਸੀਂ ਜੁੜੇ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਆਪਾਂ ਫੱਟੇ ਚੱਕਦੇ ਜਾਵਾਂਗੇ ਆਪਦਾ ਫਰਜ਼ ਸਮਝ ਕੇ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਸ਼ੇਅਰ ਕਰਨ ਦੇ ਵਿੱਚ ਕੰਜੂਸੀ ਨਹੀਂ ਕਰਨੀ ਠੀਕ ਹੈ ਜੀ ਗੁਪਤ ਸ਼ਾਸਨ ਦੌਰਾਨ ਉਹ ਮਹਾਨ ਗਣਿਤ ਸ਼ਾਸਤਰੀ ਦਾ ਨਾਮ ਦੱਸੋ ਆਰਿਆ ਭਟ ਇਹਨ ਇਹਦੇ ਨਾਂ ਤੇ ਹੀ ਆਰਿਆ ਭਟ ਜਿਹੜਾ ਉਪਗ੍ਰਹਿ ਛੱਡਿਆ ਗਿਆ ਸੀ ਇਹਨਾਂ ਦੇ ਨਾਂ ਤੇ ਹੀ ਰੱਖਿਆ ਗਿਆ ਸੀ ਉਹਦਾ ਨਾਮ ਹਿਊਨ ਸੰਗ ਨੇ ਇਸ ਦੇ ਸ਼ਾਸਨ ਦੌਰਾਨ ਭਾਰਤ ਦਾ ਦੌਰਾ ਕੀਤਾ ਸੀ ਹਰਸ਼ਵਰਧਨ ਦੇ ਸ਼ਾਸਨ ਕਾਲ ਦੇ ਦੌਰਾਨ ਔਰ ਇੱਕ ਕਿਤਾਬ ਲਿਖੀ ਸੀ ਹਰਸ਼ ਚరిత్ర ਇਹ ਕਿਤਾਬ ਕਿਹਨੇ ਲਿਖੀ ਸੀ ਕਿਹਨੇ ਲਿਖੀ ਸੀ ਜੀ ਬਾਣਪੱਟ ਨੇ ਠੀਕ ਹੈ ਬਾਣਪੱਟ ਨੇ ਲਿਖੀ ਸੀ ਕਿ ਕਿਤਾਬ ਕਿਹੜੀ ਹਰਸ਼ਚరిత్ర ਹਰਸ਼ਵਰਧਨ ਦੇ ਜੀਵਨ ਬਾਰੇ ਇਹਦੇ ਸ਼ਾਸਨ ਕਾਲ ਬਾਰੇ ਉਹਦੇ ਵਿੱਚ ਵਰਣਨ ਕੀਤਾ ਉਹਨੇ ਹਿਉਨ ਸੰਗ ਨੇ ਹਰਸ਼ਵਰਧਨ ਦੇ ਕਾਲ ਦੇ ਵਿੱਚ ਆਇਆ ਚੀਨੀ ਯਾਤਰੀ ਸੀ ਠੀਕ ਹੈ ਔਰ ਨਲੰਦਾ ਯੂਨੀਵਰਸਿਟੀ ਦੇ ਵਿੱਚ ਇਹ ਉੱਥੇ ਵੀ ਇਹਨੇ ਮਤਲਬ ਕਾਫੀ ਗਿਆਨ ਹਾਸਲ ਕੀਤਾ ਉੱਥੋਂ ਔਰ ਇਹ ਆਪਣੀ ਕਿਤਾਬ ਦੇ ਵਿੱਚ ਦੱਸਦਾ ਹੈ ਕਿ ਨਲੰਦਾ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣਾ ਵੀ ਸੌਖਾ ਨਹੀਂ ਸੀ ਜਦੋਂ ਯੂਨੀਵਰਸਿਟੀ ਦੇ ਵਿੱਚ ਨਲੰਦਾ ਯੂਨੀਵਰਸਿਟੀ ਦੇ ਅੰਦਰ ਤੁਸੀਂ ਦਾਖਲ ਹੋਣ ਲੱਗਦੇ ਸੀ ਗੇਟ ਤੇ ਜਿਹੜਾ ਉਦੋਂ ਪੀਹਨ ਹੁੰਦਾ ਸੀ ਉਸ ਸਮੇਂ ਉਹ ਵੀ ਸੋ ਪਹਿਲਾਂ ਸਵਾਲ ਪੁੱਛਦਾ ਸੀ ਹਿਊਨਸਾਂਗ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਿਆ ਹੈ ਕਿ ਜਦੋਂ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਲਈ ਮਤਲਬ ਜਾਂਦੇ ਸੀ ਪਹਿਲਾਂ ਗੇਟ ਤੇ ਪੀਐਨਵੀ ਸਵਾਲ ਪੁੱਛਦਾ ਸੀ ਜੇ ਉਹਦੇ ਤੁਸੀਂ ਸਹੀ ਉੱਤਰ ਦਿੰਦੇ ਸੀ ਤਾਂ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਦਿੰਦੇ ਸੀ ਯੂਨੀਵਰਸਿਟੀ 'ਚ ਦਾਖਲਾ ਲੈਣਾ ਤਾਂ ਬੜੀ ਵੱਡੀ ਗੱਲ ਸੀ ਤੁਸੀਂ ਦੇਖ ਲਓ ਉਹਨਾਂ ਸਮਿਆਂ ਦੇ ਵਿੱਚ ਵੀ ਤੇ ਨਾਦਰ ਸ਼ਾਹ ਦਾ ਬਿੜਾ ਬਹਿ ਗਿਆ ਕਿਉਂਕਿ ਉਹਨੇ ਨਾਲੰਦਾ ਵਿਸ਼ਵ ਵਿਦਿਆਲੇ ਨੂੰ ਤਬਾਹ ਕਰ ਦਿੱਤਾ ਬੜਾ ਹੀ ਅਨ ਬੇਸ਼ ਕੀਮਤੀ ਅਨਬੂਲ ਖਜ਼ਾਨਾ ਜਿਹੜਾ ਸਾਹਿਤ ਦਾ ਕਿਤਾਬਾਂ ਦਾ ਉਹ ਸੜ ਕੇ ਸੁਆਹ ਹੋ ਗਿਆ ਸੀ ਠੀਕ ਹੈ ਜੀ ਬਖਤਿਆਰ ਖਿਲਜੀ ਨੇ ਸੌਰੀ ਬਖਤਿਆਰ ਖਿਲਜੀ ਸੀ ਨਾ ਉਹ ਸੈਨਾਪਤੀ ਸੀਗਾ ਜਿਹੜਾ ਬਖਤਿਆਰ ਖਿਲਜੀ ਨੇ ਜਿਹਨ ਨਾਲੰਦਾ ਯੂਨੀਵਰਸਿਟੀ ਨੂੰ ਸਾੜ ਕੇ ਸੁਆਹ ਕਰਤਾ ਸੀਗਾ ਵਾਕਾਟਕਾ ਕੋਣ ਨੇ ਇਹ ਬ੍ਰਾਹਮਣ ਪਲਕੇਸ਼ਣ ਦੂਜਾ ਸੀਗਾ ਜੀ ਚਾਲੁਕੇ ਰਾਜਾ ਚਰਕ ਹਮੈਤ ਕਰਦੇ ਨੇ ਕਹਦੇ ਜੀ ਭੌਤਿਕਵਾਦੀ ਫਿਲਾਸਫੀ ਦੀ ਪ੍ਰਤੀਹਾਰਾਂ ਨੇ ਪ੍ਰਭਤਾ ਜਮਾਈ ਸੀ ਉੱਤਰੀ ਭਾਰਤ ਤੇ ਪ੍ਰਭਤਾ ਮਤਲਬ ਪ੍ਰਭੂਸ਼ੱਤ ਕਿ ਕਿਹੜੇ ਕਿੱਥੇ ਜੀ ਨਾਲ ਰਾਜ ਉੱਤਰੀ ਭਾਰਤ ਤੇ ਸੀ ਚੋਲ ਸਾਮਰਾਜ ਕਿਸ ਨੇ ਖੋਜਿਆ ਵਿਜਯਾਲਿਆ ਨੇ ਖੋਜਿਆ ਜੀ ਉੱਤਰੀ ਇਹ ਦੱਖਣੀ ਭਾਰਤ ਦੇ ਰਾਜ ਵੀ ਆਪਾਂ ਪੜਾਂਗੇ ਬੜੇ ਕੀਮਤੀ ਨੇ ਪੰਜਾਬ ਪੁਲਿਸ ਦੇ ਵੀ ਜਿੰਨੇ ਵੀ ਪੇਪਰ ਹੋਏ ਨੇ ਹੈਡ ਕਾਂਸਟੇਬਲ ਸਬ ਇੰਸਪੈਕਟਰ ਔਰ ਕਾਂਸਟੇਬਲ ਇਹਨਾਂ ਦੇ ਵਿੱਚ ਵੀ ਦੱਖਣੀ ਭਾਰਤ ਦੇ ਰਾਜੋਂ ਬਹੁਤ ਸਵਾਲ ਆਉਂਦੇ ਰਹੇ ਠੀਕ ਹੈ ਔਰ ਪੀਰੀਅਡ ਦੇ ਵਿੱਚ ਤਾਂ ਆਉਂਦੇ ਹੀ ਆਉਂਦੇ ਨੇ ਤੇ ਇਹ ਅਣਸੁਇਆ ਰਹ ਜਾਂਦਾ ਵਿੱਚ ਅਕਸਰ ਤੇ ਇਹਨੂੰ ਡਿਟੇਲ ਚ ਨਹੀਂ ਪੜਦੇ ਕਿਉਂਕਿ ਇਹਨਾਂ ਦੇ ਨਾਂ ਵੀ ਰਾਜਾਂ ਦੇ ਥੋੜੇ ਜਿਹਾ ਔਖੇ ਜਿਹੇ ਨੇ ਪਰ ਆਪਾਂ ਸਾਰੇ ਪੜਾਂਗੇ ਤੇ ਬਹੁਤ ਜ਼ਿਆਦਾ ਮੰਦਰਾਂ ਦੇ ਨਿਰਮਾਣ ਵੀ ਇਹਨਾਂ ਦੇ ਰਾਜ ਕਾਲ ਦੇ ਵਿੱਚ ਹੋਏ ਨੇ ਦੱਖਣੀ ਭਾਰਤੀ ਰਾਜ ਆਪਾਂ ਸਾਰਾ ਪੜਾਂਗੇ ਡਿਟੇਲ ਦੇ ਵਿੱਚ ਕੁਦਬ ਦੀ ਨਾਇਬਕ ਦਾ ਦੇਹਾਂਤ ਹੋ ਗਿਆ ਜੀ 1210 ਦੇ ਵਿੱਚ ਹੋ ਗਿਆ ਘੋੜੇ ਤੋਂ ਡਿੱਗ ਪਿਆ ਕੀ ਖੇਡਦਾ ਸੀ ਪੋਲੋ ਪੋਲੋ ਖੇਡਦਾ ਹੋਇਆ ਔਰ ਪੋਲੋ ਦੀ ਸ਼ੁਰੂਆਤ ਕਿਹਨੇ ਕੀਤੀ ਸੀ ਭਾਰਤ ਦੇ ਵਿੱਚ ਕੌਣ ਲਿਆਇਆ ਪੋਲੋ ਤੁਰਕ ਠੀਕ ਹੈ अलाउद्दीन खिलजी ਨੇ ਭਾਰਤ ਤੇ ਰਾਜ ਕੀਤਾ। अलाउद्दीन खिलजी ਨੇ 1296 ਦੇ ਵਿੱਚ ਤੋਂ ਰਾਜ ਦੀ ਸਥਾਪਨਾ ਕਰੀ ਸੀ 1316 ਤੱਕ ਇਹ ਰਾਜ ਤੇ ਰਿਹਾ। 1296 ਦੇ ਵਿੱਚ ਗੁਲਾਮ ਵੰਸ਼ ਦਾ ਮਤਲਬ ਇਹਨਾਂ ਨੇ ਅੰਤ ਹੋ ਗਿਆ ਸੀਗਾ ਔਰ ਖਿਲਜੀ ਵੰਸ਼ ਦੀ ਉਹ ਤੋਂ ਉਸਾਰਨਾ ਇਹਨਾਂ ਨੇ ਕਰਤੀ। ਠੀਕ ਹੈ ਜੀ। ਆਪਦੇ ਚਾਚੇ ਉਹਨਾਂ ਨੂੰ ਇਹ ਮਾਰ ਕੇ ਫਿਰ ਗੱਦੀ ਤੇ ਬਹਿ ਗਿਆ ਸੀ अलाउद्दीन खिलजी। ਸੋਹਰਾ ਵਰਦੀ ਹੈ ਜੀ ਸੂਫੀ سلسلہ ਸੇਰਸਾ ਸੂਰੀਦਾਸਲੀ ਨਾਮ ਕੀ ਹੈ ਸੇਰਸਾ ਸੂਰੀਦਾਸ ਜੀ ਲਾਵਾ ਜੀ ਫਰੀਦ ਔਰ ਜਿਹੜਾ ਅੱਜ ਕੱਲ ਜੀਟੀ ਰੋਡ ਕਹਿੰਦੇ ਆ ਜੀਟੀ ਰੋਡ ਤੇ ਦਹਾਈਆ ਪਾਵੇ ਹੈਨਾ ਟਰੱਕ ਪਾਉਂਦਾ ਨਾ ਦਹਾਈਆ ਉਹ ਜੀਟੀ ਰੋਡ ਸੇਰਸਾ ਸੂਰੀਦਾਸ ਹੀ ਬਣਾਇਆ ਹੋਇਆ ਹੈ ਜੀ ਠੀਕ ਹੈ ਔਰ ਪਿਆ ਵੀ ਇਹਨੇ ਚਲਾਇਆ ਔਰ ਪਿਆ ਕਰੰਸੀ ਪਹਿਲਾਂ ਕੋਈ ਸ਼ੱਕੇ ਹੋਰ মুদ্রা ਵੱਖ-ਵੱਖਰੇ ਨਾ ਸੀ ਰੁਪਿਆ ਸੀਰਸਰ ਸੂਰੀ ਨੇ ਚਲਾਇਆ 500 ਜਾੜ ਤੋਂ ਹੇਠਲੇ ਰੈਂਕ ਵਾਲੇ ਲੋਕ ਕਹਾਉਂਦੇ ਨੇ ਜੀ ਕੀ ਕਹਾਉਂਦੇ ਐ ਮਨਸਬਧਾਰ ਸਾਮੂਗੜ ਦੀ ਲੜਾਈ 29 ਮਈ 1658 ਦੇ ਨਾਲ ਸੰਬੰਧਿਤ ਹੈ ਕਿਹਦੀ ਸੀ ਇਹ ਔਰੰਗਜ਼ੇਬ ਦੀ ਠੀਕ ਹੈ ਉਸ ਤੋਂ ਬਾਅਦ ਆ ਗਈ 47 ਨੰਬਰ ਕੁਐਸਚਨ ਸਤਨਾਮੀ ਵਿਦਰੋਹ ਸਤਨਾਮੀ ਵਿਦਰੋਹ ਹੋਇਆ ਸੀ ਕਿੱਥੇ ਸਥਿਤ ਹੋਇਆ ਇਹ ਵਿਦਰੋਹ ਇਹ ਆਗਰਾ ਦਿੱਲੀ ਦੇ ਖੇਤਰ ਦੇ ਵਿੱਚ ਠੀਕ ਹੈ ਨਾਦਰ ਸ਼ਾਹ ਨੇ ਦਿੱਲੀ ਤੇ ਡਾਕਾ ਮਾਰਿਆ ਕਦੋਂ ਮਾਰਿਆ 1739 ਦੇ ਵਿੱਚ ਮਯੂਰ ਸਿੰਘਾਸ਼ਨ ਮੋਗਲ ਸਾਮਰਾਜ ਦਾ ਬਹੁਤ ਬੇਸ਼ਕੀਮਤੀ ਸੀ ਜਿਦੇ ਵਿੱਚ ਕੋਹੇਨੂਰ ਹੀਰਾ ਜੜਿਆ ਹੁੰਦਾ ਸੀ ਉਹ ਨੂੰ ਇਹ ਚੱਕ ਕੇ ਲੈ ਗਿਆ ਮਯੂਰ ਸਿੰਘਾਸ਼ਨ ਠੀਕ ਹੈ। ਟੀਪੂ ਸੁਲਤਾਨ ਦਾ ਦੇਹਾਂਤ ਹੋਇਆ ਸੀ 1799 ਦੇ ਵਿੱਚ। ਅੱਛਾ ਇੱਕ ਹੋਰ ਕੀਮਤੀ ਤੁਹਾਨੂੰ ਗੱਲ ਦੱਸ ਦਾਂ। ਫੈਕਟ ਮੁਗਲ ਸਾਮਰਾਜ ਦੇ ਵਿੱਚ ਜਿਹੜਾ ਸਿੰਘਾਸਨ ਹੁੰਦਾ ਸੀ ਨਾ। ਅਕਤਮਾਇਰ ਸਿੰਘਾਰਸ ਜੀ ਉੰਦੋਂ ਤੱਕ ਲਈ ਗਿਆ ਇਹ ਤਖਤ। ਤਖਤ ਤਖਤ ਜਿਹਦੇ ਤੇ ਬਾਦਸ਼ਾਹ ਬੈਠਦੇ ਹੁੰਦੇ ਸੀ ਇਹ ਮੁਗਲ ਸਾਮਰਾਜ ਦੇ ਰੰਗ ਜੇਬ ਹੁਣ ਉਹ ਹੁਣ ਪਤਾ ਕਿੱਥੇ ਹੈ ਕਮੈਂਟ ਕਰਕੇ ਦੱਸਿਓ ਕਿਸੇ ਨੂੰ ਵੀਡੀਓ ਇੱਥੇ ਰੋਕ ਕੇ ਫਿਰ ਤਾਂ ਮੈਂ ਦੱਸ ਹੀ ਦੇਣਾ ਜੇ ਕਿਸੇ ਨੂੰ ਪਤਾ ਉਹ ਸੰਗਾਸਨ ਕਿੱਥੇ ਆ ਹੁਣ ਉਹ ਉਹ ਤਖਤ ਉਹ ਤਖਤ ਸਿੰਘਾਂ ਨੇ ਘੋੜਾਂ ਮਗਰ ਪਾ ਕੇ ਕੜੀਸ ਕੇ ਸਿੰਘ ਲੈ ਆਏ ਸੀ ਅੰਮ੍ਰਿਤਸਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਉੱਥੇ ਮਹਾਰਾਜ ਦੇ ਚਰਨਾਂ 'ਚ ਸਿਰਦਾ ਸੀ ਵਿਆਪਿਆ ਜੀ ਦਿੱਲੀ ਦਾ ਤਖਤ ਜਿਹੜੇ ਬਾਦਸ਼ਾਹ ਉਹਨਾਂ ਦਾ ਹੰਕਾਰ ਹੁੰਦਾ ਸੀ ਆ ਪਿਆ ਤੁਹਾਡੇ ਚਰਨਾਂ ਦੇ ਵਿੱਚ ਦਿੱਲੀ ਦਾ ਤਖਤ ਉਹ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਪਿਆ ਦਰਬਾਰ ਸਾਹਿਬ ਦੇ ਸਾਈਡ ਤੇ ਜਾਂ ਆਪਣੇ ਦੂਜੇ ਚੈਨਲ ਤੇ ਆਪਾਂ ਬਲੌਗ ਬਣਾਵਾਂਗੇ ਤੁਹਾਨੂੰ ਮੈਂ ਉਹਦਾ ਲਿੰਕ ਦਊਂਗਾ ਉਹ ਤਖਤ ਵੀ ਦਿਖਾਵਾਂਗੇ ਤੁਹਾਨੂੰ ਔਰ ਜੱਸਾ ਸਿੰਘ ਰਾਮਗੜੀ ਦਾ ਕਿਲਾ ਵੀ ਉੱਥੇ ਠੀਕ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਥੱਲੇ ਬਣਿਆ ਹੋਇਆ ਜੀ ਹਾਂ ਕਿਉਂਕਿ ਹੁਣ ਤੱਕ ਦਰਬਾਰ ਸਾਹਿਬ ਦੇ ਤਾਂ ਅਸੀਂ ਬੜੀ ਬੜੀ ਦਰਸ਼ਨ ਕਰੇ ਨੇ ਪਰ ਕਿਸੇ ਨੂੰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਉੱਥੇ ਇੱਕ ਹੀਟਾਂ ਇੱਕ ਕਿਲਾ ਵੀ ਆ ਜੱਸਾ ਸਿੰਘ ਰਾਮਗੜੀ ਇਹਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਦੂਜੇ ਚੈਨਲ ਤੇ ਚਲੋ ਆਜੋ ਹੁਣ ਵਾਪਸ 49 ਨੰਬਰ ਕੁਐਸਚਨ ਤੇ ਟੀਪੂ ਸੁਲਤਾਨ ਦਾ ਦੇਹਾਂਤ ਹੋ ਗਿਆ ਸੀ ਕਦੋਂ 1799 ਦੇ ਵਿੱਚ ਠੀਕ ਹੈ ਜੀ ਈਸਟ ਇੰਡੀਆ ਕੰਪਨੀ ਨੇ ਦੋਰਾ ਪ੍ਰਬੰਧ ਕਿੱਥੇ ਸਥਾਪਿਤ ਕੀਤਾ ਬੰਗਾਲ ਦੇ ਵਿੱਚ ਪਿਛਲੇ ਬੈਸਟਰ ਕਿਡਰ ਦੇ ਵਿੱਚ ਵੀ ਇਹ ਸਵਾਲ ਆਇਆ ਸੀ ਅ ਦੂਜੇ ਉਹਦੇ ਵਿੱਚ ਵੀ ਇੰਝ ਪੁੱਛਿਆ ਗਿਆ ਸੀ ਇਹੀ ਕੁਐਸਚਨ ਨੂੰ ਕਿ ਦੋਰੇ ਸ਼ਾਸਨ ਪ੍ਰਬੰਧ ਦਾ ਸਾਹਮਣਾ ਇਸ ਤਰ੍ਹਾਂ ਜੇ ਕੁਮਾ ਕੇ ਜੀ ਗੱਲ ਲਿਖੀ ਹੋਈ ਸੀ ਸ਼ਬਦਾਂ ਦੀ ਇਹ ਫਿਰ ਹੁੰਦੀ ਆ ਹੁਣ ਦੋਰਾ ਸ਼ਾਸਨ ਪ੍ਰਬੰਧ ਤਾਂ ਬੰਗਾਲ ਨਾਲ ਜੁੜਿਆ ਹੋਇਆ ਤਾਂ ਪੁੱਛਣਾ ਤਾਂ ਇਹਦੇ ਬਾਰੇ ਪਊਗਾ ਠੀਕ ਹੈ ਲਾਰਡ ਕਲਾਈਵ ਨੇ ਸ਼ੁਰੂ ਕੀਤਾ ਸੀ ਇਹ। ਔਰ 51 ਨੰਬਰ ਕੁਐਸਚਨ ਹੈ ਜੀ। ਅਵਧ ਰਾਜ ਤੇ ਅਧਿਕਾਰ ਕਦੋਂ ਕੀਤਾ ਗਿਆ? 1852 ਦੇ ਵਿੱਚ। ਠੀਕ ਹੈ ਜੀ। 1857 ਵਿੱਚ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਇਹ ਸੀਗਾ ਜੀ ਲਾਰਡ ਚਾਰਲਸ ਕੈਨਿੰਗ। ਚਾਰਲਸ ਵੁੱਡ ਦੀ ਚਿੱਠੀ ਸਬੰਧਤ ਸੀ ਜੀ ਸਿੱਖਿਆ ਦੇ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਡਬਲਯੂ ਸੀ ਬੈਨਰਜੀ ਨੇ ਠੀਕ ਹੈ ਜੀ ਬੰਗਾਲ ਦੀ ਵੰਡ ਕਦੋਂ ਹੋ ਗਈ? 1905 ਦੇ ਵਿੱਚ ਕਿਵੇਂ ਕੀਤੀ? ਲਾਰਡ ਕਰਜ਼ਨ ਨੇ 1905 ਦੇ ਵਿੱਚ ਬੰਗਾਲ ਵੰਡ ਹੋਈ ਇਹ ਸਵਾਲ ਅਕਸਰ ਹੀ ਆਉਂਦਾ ਰਹਿੰਦਾ ਪੀਟੈਡ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਤੇ ਬੰਗਾਲ ਵਿਭਾਜਨ ਰੱਦ ਕਦੋਂ ਹੋ ਗਿਆ ਇਹ ਦੱਸੋ ਇਹ ਤਾਂ ਸਾਰਿਆਂ ਨੂੰ ਯਾਦ ਹੋਣਾ ਕਿ 1905 ਦੇ ਵਿੱਚ ਇਹਦੀ ਵੰਡ ਹੋ ਗਈ ਬੰਗਾਲ ਦੀ ਵੰਡ ਕਰਜ਼ਨ ਲਾਰਡ ਕਰਜ਼ਨ ਨੇ 1905 ਦੇ ਵਿੱਚ ਕੀਤੀ ਪਰ ਬੰਗਾਲ ਵਿਭਾਜਨ ਨੂੰ ਰੱਦ ਕੀਤਾ ਗਿਆ 1911 ਦੇ ਵਿੱਚ 1905 ਵਿੱਚ ਅਮਰ ਸੁਨਾਰ ਬੰਗਲਾ ਦਾ ਸੰਕਲਿਤ ਕਿਸ ਨੇ ਕੀਤਾ ਸੀ? ਰਵਿੰਦਰਨਾਥ ਟੈਗੋਰ ਨੇ। ਸੂਨ ਸਿੰਘ ਭਗਨਾ ਸੰਬੰਧਿਤ ਸੀ ਜੀ। ਕਿਹਦੇ ਨਾਲ ਸੰਬੰਧਿਤ ਸੀ ਜੀ? ਗਦਰ ਪਾਰਟੀ ਦੇ ਨਾਲ। 1916 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਕਿੱਥੇ ਹੋਇਆ? 1916 ਦੇ ਵਿੱਚ ਲਖਨਊ ਦੇ ਵਿੱਚ ਹੋਇਆ। ਠੀਕ ਹੈ। ਇਹ ਕੌਣ ਖਿਲਾਫਤ ਕਮੇਟੀ ਦਾ ਹਿੱਸਾ ਨਹੀਂ ਸੀ ਐਮਏ ਜਨਾਹ ਪੂਰਨ ਸਵਰਾਜ ਮਤਾ ਇਸ ਸਰ ਵਿੱਚ ਪਾਸ ਹੋਇਆ ਕਿ ਲਾਹੌਰ ਦੇ ਵਿੱਚ ਭਾਰਤ ਛੱਡੋ ਇਹ ਮਤਾ ਕਦੋਂ ਪਾਸ ਹੋਇਆ ਸੀਗਾ ਜੀ ਇਹ ਹੋਇਆ ਜੀ 9 ਅਗਸਤ 1942 ਨੂੰ ਭਾਰਤ ਛੱਡੋ ਅੰਦੋਲਨ ਹੋਇਆ ਨਾ 1942 ਦੇ 9 ਅਗਸਤ ਨੂੰ 1942 ਦੇ ਵਿੱਚ ਸ਼ੁਰੂ ਹੋ ਗਿਆ ਉਹ ਤੇ ਕੌਣ ਭਾਰਤੀ ਰਾਸ਼ਟਰੀ ਆਰਮੀ ਦਾ ਹਿੱਸਾ ਨਹੀਂ ਸੀ ਸਾ ਨਵਾਜ਼ ਖਾਨ ਵੀ ਸੀ ਪ੍ਰੇਮ ਸਹਿਗਲ ਵੀ ਸੀ ਜੀ ਐਸ ਢਲੋ ਵੀ ਸੀ ਪਰ ਮওলানা ਅਬੁਲ ਕਲਾਮ আজাদ ਨਹੀਂ ਸੀ ਭਾਰਤ ਦੇ ਵਾਇਸ ਰਾਏ ਦੇ ਤੌਰ ਤੇ ਲਾਰਡ ਲਿਨਨ ਲਿਥਗੋ ਦਾ ਉੱਤਰਗਾਮੀ ਕੌਣ ਸੀ ਇਸ ਜੀ ਲਾਰਡ ਵੈਵ ਭਾਰਤ 1947 ਵਿੱਚ ਭਾਰਤ ਵਿੱਚ ਸੀਮਾ ਰੇਖਾ ਖਿੱਚਣ ਦੀ ਇਖਤਿਆਰ ਕਿਸ ਨੂੰ ਸੀ ਸਰੀਅਰ ਰੈਡਕਲਿਫ ਕਿਹੜੀ ਰೇಖਾ ਇਹਨਾਂ ਨੇ ਪਹਿਲਾਂ ਖਿੱਚੀ ਸੀ ਇਹਦੇ ਨਾਂ ਤੇ ਉਹ ਰೇಖਾ ਦਾ ਨਾਂ ਰੈਡਕਲਿਫ ਹੋ ਰਿਹਾ ਹੈ ਨਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀ ਜਿਹੜੀ ਸ਼ਰਧ ਠੀਕ ਹੈ 1947 ਦੇ ਵਿੱਚ ਹੀ ਵੰਡ ਹੋਈ ਹੈ ਨਾ ਤਾਂ ਕੀਤੀ ਕਿਨੇ ਸਰੀਅਰ ਰੈਡਕਲਿਫ ਨੇ ਆ자ਦ ਭਾਰਤ ਦਾ ਪਹਿਲਾ ਗਵਰਨਰ ਕੌਣ ਸੀ ਲਾਰਡ ਲੂਇਸ ਮਾਉਂਟ ਵੈਟਨ ਆ ਜਿਹੜਾ ਨਾਮ ਦਿੱਤਾ ਗਿਆ ਇਹ ਦਿੱਤਾ ਗਿਆ ਭਲੇਖਾ ਪਾਉਣ ਦੇ ਲਈ ਉਹ ਕਿਵੇਂ ਕਿਉਂਕਿ ਆ자ਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਸੀ ਰਾਜ ਗੋਪਾਲ ਚਾਰੀਆ ਇਥੇ ਹੁਣ ਭਾਰਤੀ ਸ਼ਬਦ ਤਾਂ ਇਹਨਾਂ ਨੇ ਪੁੱਛਿਆ ਨਹੀਂ ਆਜ਼ਾਦ ਭਾਰਤ ਦਾ ਪੁੱਛਿਆ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਉਹ ਹੈਗਾ ਜੀ ਲਾਰਡ ਲੂਇਸ ਮਾਉਂਟ ਬੈਟਨ ਆਜ਼ਾਦ ਭਾਰਤ ਦਾ ਪਹਿਲਾ ਇਹ ਗਵਰਨਰ ਆ ਪਰ ਜੇ ਪੁੱਛ ਲਿਆ ਜਾਵੇ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਗਵਰਨਰ ਉਹ ਹੈਗਾ ਜੀ ਸ੍ਰੀ ਰਾਜ ਗੋਪਾਲ ਚਾਰੀਆ ਔਰ ਅੱਗੇ ਆ ਗਿਆ ਜੀ ਲਿਓਨਾਰਡੋ ਦਾ ਵਿਨਸੀ ਸੰਬੰਧਤ ਹੈ ਜੀ ਪੁਨਰ ਜਾਗ੍ਰਿਤੀ ਦੇ ਨਾਲ ਲਾ ਮਾਰਟਨ ਲੂਥਰ ਨੇ ਇਸ ਦੀ ਪ੍ਰਭੂ ਸੱਤਾ ਵਿਰੁੱਧ ਵਿਦਰੋਹ ਕੀਤਾ ਸੀ ਕਿੱਥੇ ਜੀ ਕਿਹਦੀ ਕਿਹਦੀ ਦੇ ਵਿੱਚ ਪੋਪ ਦੀ ਪੋਪ ਦੀ ਪ੍ਰਭੂ ਸੱਤਾ ਦੇ ਵਿਰੁੱਧ ਵਿਦਰੋਹ ਕੀਤਾ ਮਾਰਟਨ ਲੂਥਰ ਕਿੰਗ ਨੇ ਪੁਨਰ ਗਠਨ ਦੀ ਗੁੱਥੀ ਕੀ ਹੈ ਇਹ ਹੈ ਜੀ ਮਨੁਵਵਾਦ ਆਰਕ ਡਿਊਕ ਫਰਾਂਸਿਸ ਫਰਨੀਨੈਂਡ ਦੀ ਹੱਤਿਆ ਇਸ ਸ਼ਹਿਰ ਵਿੱਚ ਕੀਤੀ ਗਈ ਸਾਰਾ ਜੀਵੋ ਦੇ ਵਿੱਚ ਪਹਿਲੇ ਵਿਸ਼ਵ ਜੰਦ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਏਸੀਜੀ ਵੁਡਰੋ ਵਿਲਸਨ ਠੀਕ ਹੈ ਔਰ ਜਦੋਂ ਭਾਰਤ ਆਜ਼ਾਦ ਹੋਇਆ ਜਦੋਂ ਭਾਰਤ ਆਜ਼ਾਦ ਹੋਇਆ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਉਦੋਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਭਾਰਤ ਦੀ ਆਜ਼ਾਦੀ ਸਮੇਂ। ਪੜਾਇਆ ਹੋਇਆ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ। ਕਈ ਬਰੀ ਰਿਪੀਟ ਹੋ ਚੁੱਕਿਆ ਹੁਣ ਕਮੈਂਟ ਕਰਕੇ ਤੁਸੀਂ ਦੱਸੋਗੇ। ਅੱਗੇ ਆ ਗਿਆ ਜੀ 71 ਨੰਬਰ ਸਵਾਲ ਵਰਸੇਲਸ ਦੀ ਸੰਧੀ ਹਸਤਾਕਰ ਕੀਤੀ ਸੀ ਕਿਨੇ ਜੀ? ਫਰਾਂਸ ਵਿੱਚ ਫਰਾਂਸ ਵਿੱਚ ਇਹਦੇ ਤੇ ਸਾਈਨ ਹੋਏ ਨੇ ਵਰਸੇਲਸ ਦੀ ਸੰਧੀ ਤੇ। ਅੱਛਾ ਵਿਲੀਅਮ ਕੈiser ਦੂਜਾ ਕਿਹੜੇ ਦੇਸ਼ ਨਾਲ ਸੰਬੰਧਤ ਹੈ ਜੀ ਜਰਮਨੀ ਦੇ ਨਾਲ ਦੂਜਾ ਵਿਸ਼ਵ ਜੰਦ ਕਦੋਂ ਹੋਇਆ ਸੀ ਦੂਜਾ ਵਿਸ਼ਵ ਜੰਦ ਹੋਇਆ 1939 ਦੇ ਵਿੱਚ ਪਹਿਲਾ ਵਿਸ਼ਵ ਜੰਦ ਕਦੋਂ ਹੋਇਆ ਕਮੈਂਟ ਕਰੋ ਵੀਡੀਓ ਰੋਕ ਕੇ ਕਮੈਂਟ ਕਰੋ ਹੁਣੀ ਪਹਿਲਾ ਵਿਸ਼ਵ ਜੰਦ ਹੀਰੋਸ਼ੀਮਾ ਉੱਪਰ ਬੰਬ ਕਿਸ ਨੇ ਛੱਡਿਆ ਸੀ ਅਮਰੀਕਾ ਨੇ ਛੱਡਿਆ ਸੀ हिरोशिमा ਤੇ ਨਾਗਾਸاکی ਦੋ ਸ਼ਹਿਰ ਜਪਾਨ ਦੇ ਬਿਲਕੁਲ ਤਬਾਹ ਕਰਤੇ ਸੀ ਅਮਰੀਕਾ ਨੇ ਬਾਅਦ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜਦੋਂ ਆਪਣੇ ਓਬਾਮਾ ਗਏ ਸੀ ਨਾ ਉਹਨਾਂ ਨੇ ਮਤਲਬ ਉਸ ਸਮੇਂ ਲਈ ਮਾਫੀ ਵੀ ਮੰਗੀ ਸੀ ਮੀਨ ਕੈਮਪ ਦੇ ਲੇਖਕ ਕੌਣ ਨੇ ਅਡੋਲਫ ਹਿਟਲਰ 75 ਨੰਬਰ ਤੇ ਇਸ ਵੀਡੀਓ ਦਾ ਆਖਰੀ ਸਵਾਲ ਸੀ ਇਹ ਜਿਹੜਾ ਹਿਟਲਰ ਤੇ ਸਮਾਪਤ ਹੋ ਗਿਆ ਔਰ ਇਹ ਜਰਮਨੀ ਦਾ ਤਾਨਾਸ਼ਾ ਸੀ ਠੀਕ ਹੈ ਜੀ ਇਹ ਨੇ ਇੱਕ ਨਿਸ਼ਾਨ ਨੂੰ ਅਪਣਾ ਲਿਆ ਸੀ ਸਵਾਸਟਿਕ ਦੇ ਨਿਸ਼ਾਨ ਨੂੰ ਇਹਦੇ ਝੰਡਿਆਂ ਤੇ ਵੀ ਦੇਖਣ ਨੂੰ ਮਿਲਦਾ ਹੈ ਡੋਲਫ ਹਿਟਲਰ ਦੇ ਰੈੱਡ ਕਲਰ ਦਾ ਝੰਡਾ ਠੀਕ ਹੈ ਜਿਨ੍ਹਾਂ ਨੇ ਹਿਟਲਰ ਵਾਲੀ ਮੂਵੀ ਦੇਖੀ ਹੈ ਉਹਨਾਂ ਨੂੰ ਪਤਾ ਹੋ ਬਾਅਦ ਵਿੱਚ ਇਹ ਮਰਿਆ ਸੀ ਖੁਦਕੁਸ਼ੀ ਕਰਕੇ ਠੀਕ ਹੈ ਖੁਦਕੁਸ਼ੀ ਕਰਕੇ ਇਹਨੂੰ ਮਰਨਾ ਪਿਆ ਸੀ ਤੇ 75 ਕੁਐਸਚਨ ਆਪਣੇ ਹਿਸਟਰੀ ਦੇ ਵੀ ਕੰਪਲੀਟ ਹੋ ਗਏ ਨੇ ਦੂਜਾ ਪੇਪਰ ਇਸ ਸੀਗਾ ਜੀ 35 82 ਪੋਸਟਾਂ ਦੇ ਲਈ ਮਾਸਟਰ ਕੇਡਰ ਐਸਐਸਟੀ ਦਾ ਠੀਕ ਹੈ ਇਹ ਦੋਨੋਂ ਪੇਪਰ ਆਪਣੇ ਕੰਪਲੀਟ ਹੋ ਗਏ ਨੇ ਹੁਣ ਆਪਾਂ ਅੱਜ ਅੱਜ ਹੀ ਪੰਜਾਬੀ ਦੇ ਦੋਨੋਂ ਪੇਪਰ ਪਾ ਦੇਵਾਂਗੇ ਟੈਲੀਗ੍ਰam ਗਰੁੱਪ 'ਪ ਤੁਸੀਂ ਜ਼ਰੂਰ ਜੁਆਇਨ ਕਰ ਲੈਣਾ ਲਿੰਕ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਔਰ ਕਮੈਂਟ ਕਰ ਦੇਣਾ ਮੈਂ ਪਿੰਨ ਪਿੰਨ ਕਰ ਦੇਣਾ ਕਮੈਂਟ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਅਪਡੇਟ ਜੇ ਤੁਹਾਨੂੰ ਕੋਈ ਦੇਣੀ ਹੁੰਦੀ ਹੈ ਨਾ ਤੁਹਾਨੂੰ ਸਾਰਾ ਮਟੀਰੀਅਲ ਪੜਨ ਲਈ ਦੇਣਾ ਜਿਹੜਾ ਉਹ ਵੀ ਉਹਦੇ ਵਿੱਚ ਹੀ ਦੇਣਾ ਕੋਈ ਐਮ ਕੋਈ ਮਤਲਬ ਅਪਡੇਟ ਦੇਣੀ ਹੁੰਦੀ ਹੈ ਜਾਂ ਕੋਈ ਜ਼ਰੂਰੀ ਤੁਹਾਡੇ ਤੱਕ ਕੋਈ ਮੈਸੇਜ ਲਗਾਉਣਾ ਤੇ ਟੈਲੀਗ੍ਰam ਤੱਕ ਉਹ ਛੇਤੀ ਪਹੁੰਚ ਜਾਂਦਾ ਹੁਣ ਚੈਨਲ ਤੇ ਤੁਸੀਂ ਹਰ ਵਕਤ ਤਾਂ ਆਨਲਾਈਨ ਬੈਠੇ ਨਹੀਂ ਰਹਿੰਦੇ ਠੀਕ ਹੈ ਇਸ ਕਰਕੇ ਟੈਲੀਗ੍ਰam ਗਰੁੱਪ ਨੂੰ ਤੁਸੀਂ ਸਾਰਿਆਂ ਨੇ ਜ਼ਰੂਰ ਜੁਆਇਨ ਕਰ ਲੈਣਾ ਉਹਦਾ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਔਰ ਪੰਜਾਬੀ ਦੀ ਆਪਾਂ ਇਸ ਤੋਂ ਬਾਅਦ ਪੇਪਰ ਕਰਦੇ ਆ ਉਸ ਪੰਜਾਬੀ ਦੀ ਵੀ ਮਾਸਟਰ ਗ੍ਰੇਡਰ ਦੀ ਔਰ ਐਸਐਸਟੀ ਦੀ ਵੀ ਪੂਰੀ ਵਧੀਆ ਤਰੀਕੇ ਨਾਲ ਆਪਾਂ ਤਿਆਰੀ ਕਰਾਂਗੇ ਟੌਪਿਕ ਵਾਈਜ਼ ਕਰਾਂਗੇ ਸਾਰਾ ਸਿਲੇਬਸ ਵੀ ਤੁਹਾਨੂੰ ਮੈਂ ਅੱਜ ਸੈਂਡ ਕਰ ਦੇਵਾਂਗਾ ਜੀ ਠੀਕ ਹੈ ਜੀ ਐਸਐਸਟੀ ਦਾ ਵੀ ਮਾਸਟਰ ਗ੍ਰੇਡਰ ਦਾ ਸਿਲੇਬਸ ਔਰ ਜਿਹੜਾ ਇਹ ਪੰਜਾਬੀ ਦਾ ਵੀ ਠੀਕ ਹੈ ਜੀ ਸਾਰਿਆਂ ਨੇ ਜੁੜੇ ਰਹਿਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਥ ਦਿਓ ਔਰ ਕਮੈਂਟ ਕਰਕੇ ਦੱਸਣਾ ਕਿ ਆਪਣੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀਆਂ ਨੇ ਬਹੁਤ ਧੰਨਵਾਦ